ਇਹ ਜ਼ਿਹਨ ਚ ਰੱਖਾ ਹੈ ਕਿਆਮਤ ਵਾਲੇ ਦਿਹਾੜੇ ਬਹੁ ਪਛਤਾ ਸੀ ਉਹ ਸ਼ੀਆ ਜਿਹੜਾ ਦੁਨੀਆਂ ਚ ਆਪਣੇ ਆਪ ਕੋਈ ਸ਼ੀਆ ਹੀ ਸਦਵੇਂ ਦੇ ਤੇ ਵੱਧ ਦੁਨੀਆਂ ਚ ਯਾ ਅਲੀ ਨਹੀਂ ਆਉਂਦਾ अच्छा इदा ही आवाज शाह अजो बेटा इचार जा एक हदीस है पाक रसूल दी ओ मैं चुके खरीदार अल्हम्दुलिल्लाह हिन मेरे सामने सुनाई वजा ते वादे गाल करना हसनैन दे पाक ना ने फरमाए तूबा ले मर्रानी वले मर्रानी فرمایا خوشخبری ہے مبارک ہے ان بندے کو جے میں کو ڈٹھے سمجھانی بھی گل بابا رسول فرمایا ان بندے کی تے مبارک ہے جے میں کو ڈٹھے ولے مر رہا نہیں تے ان بندے کی تے خوشخبری ہے جے ان کو ڈٹھے جے میں کو ڈٹھے ਵਾਲੇ ਮਰ ਰਹਾ ਨਹੀਂ ਤੇ ਵੱਤ ਜੈ ਉਹ ਕੋ ਡਿੱਠਾ ਜੈ ਮੈਂ ਕੋ ਡਿੱਠੇ ਉਹਦੇ ਕਿਤੇ ਖੁਸ਼ਖਬਰੀ ਹੈ ਤੇ ਜੈ ਚੌਥੇ ਬੰਦੇ ਕੋ ਡਿੱਠੇ ਉਹਦੇ ਕਿਤੇ ਖੁਸ਼ਖਬਰੀ ਹੈ ਹੁਣ ਸ਼ਾਹ ਜੀ ਇਹ ਗੱਲ ਕਰਕੇ ਇਹ ਹੀ ਵਤ ਗੁਰੂ ਰਸੂਲ ਫਰਮਾਏ ਹੁਣ ਬਾਹਰ ਵਾਲੇ ਜਗ੍ਹਾ ਹੈ ਮੈਂ ਇਲਮ ਗਾਇਬ ਤਾਂ ਨਹੀਂ ਲਿਖਦਾ ਜੋ ਵਿਗਾਰ ਦੇਵਣ ਕਿਹੜਾ ਹੈ ਤੇ ਇਲਮ ਦੇ ਮੋਤੀ ਚੁਣਨ ਕਿਹੜਾ ਹੈ ਲੇਕਿਨ ਚਿਹਰੇ ਪੜ੍ਹਨ ਦਾ ਗਜ਼ਰ ਫਰਕ ਨੂੰ ਵੱਡਾ ਮਾਹਿਰ ਸ਼ਾਇਰ ਨੇ ਜਬ ਮਿੰਬਰ ਤੇ ਨਹੀਂ ਬਹਾਇਆ ਮੈਂ ਹੁਣੇ ਦੇਖ ਸਾਂ ਜੋ ਸ਼ਜਰੇ ਕਿਆ ਲਿਖੀਂਦੇ ਪਏ ਪਹਿਲੇ ਇਹ ਫਰਮਾਉਂਦੇ ਜੇ ਮੈਂ ਕੋ ਡਿੱਠਾ ਉਹਦੇ ਕਿਤੇ ਖੁਸ਼ਖਬਰੀ ਜੈ ਵਾ ਤੂੰ ਕੋ ਡਿੱਠਾ ਉਹਦੇ ਕਿਤੇ ਜੈ ਉਹ ਕੋ ਡਿੱਠਾ ਜੈ ਵਾ ਤੂੰ ਕੋ ਡਿੱਠਾ ਚਾਰ ਖੁਸ਼ਖਬਰੀਆਂ ਨਹੀਂ ਤੇ ਵਕ ਫਰਮਾਉਂਦੇ ਮਾ ਰਾਉਨੀ ਅਲ ਸੂਰਤ ਲਤੀ ਖੁਲਕ ਤੋ ਗੈਰੋ ਅਲੀਗਲ ਫਰਮਾਉਂਦੇ ਜਿਹੜੀ ਸੂਰਤ ਤੇ ਮੈਂ ਕੋ ਅੱਲਾਹ ਬਣਾਏ ਉਹ ਸੂਰਤ ਸਿਵਾਏ ਅਲੀ ਦੇ ਕਹੀਂ ਡਿੱਠੀ ਨਹੀਂ ਸਮਝ ਗਏ ਹੋ ਬਾਹਰ ਵਾਲੇ ਮਾਰਕਾ ਠੀਕ ਹੋ ਜੀ ਹਾਂ ਇਹ ਆਇਤ ਹੀ ਪੜ੍ਹੀ ਹਮ ਬਸ ਹਦੀਸ ਪੜ੍ਹੀ ਹਮ ਤਾਂ ਕਿ ਬੱਚੇ ਸਮਝ ਮਿਲ ਜਾਂਦੇ ਸਾਰੇ ਕੋਈ ਯਕੀਨ ਆ ਵਜੇ ਇੱਥਾਂ ਜਿਹੜੀਆਂ ਸੂਰਤਾਂ ਇਹਨਾਂ ਆਪ ਬਣਾਏ ਜ਼ਮਾਨੇ ਉਹ ਡਿੱਠੇ ਨੇ ਹਾਂ ਤੇ ਇਹ ਸਰਦਾਰ ਸ਼ਾਹ ਉਸੂਲ ਇਹ ਜਿਹੜੇ ਆਲਮ ਵਿੱਚ ਰਹਿੰਦੇ ਨੇ ਉਹੀ ਆਲਮ ਵਾਲੀ ਸੂਰਤ ਬਣਾ ਗਿੰਦਨ ਸਮਝ ਆਉਂਦੀ ਵੀ ਇਹ ਗੱਲ ਦੀ ਕੋਈ ਨਾ ਜਿਹੜੇ ਆਲਮ ਵਿੱਚ ਬਾਦਸ਼ਾਹ ਰਹਿੰਦੇ ਨੇ ਉਹੀ ਆਲਮ ਵਾਲੀ ਬੋਲੀ ਬੋਲਦੇ ਨੇ ਹਾਂ ਇਹ ਸੇਜ ਉਭਰਦੇ ਨਾ ਹੁਣ ਇਹ ਪਾਸੇ ਉਭਰਦੇ ਤੇ ਲਾਂਦਾ ਕਿਹੜੇ ਪਾਸੇ ਇਹ ਪਾਸੇ ਅੱਛਾ ਹੁਣ ਇਵੇਂ ਸ਼ੀਸ਼ਾ 'ਚ ਰੱਖਾ ਹੈ ਜਿਹਦੇ ਸੇਜ ਉਭਰੇ ਬਿਲਕੁਲ ਸਾਫ ਸ਼ਫਾਫ ਚਿੱਟੇ ਰੰਗ ਦਾ ਉਹਦੇ ਸੇਜ ਉਵੇਂ ਨਜ਼ਰ ਆ ਸੀ ਜਿਵੇਂ ਇਹ ਬਸ ਉਹ ਹਟਾ ਕੇ ਨਾ ਅੱਗੋਂ ਸਾਵਾ ਸ਼ੀਸ਼ਾ ਰੱਖ ਦਿਵਾਏ ਉਹਦੇ ਸੇਜ ਸਾਵਾ ਨਜ਼ਰ ਆ ਸੀ ਬਸ ਉਹ ਹਟਾ ਕੇ ਨਾ ਰੱਤਾ ਸ਼ੀਸ਼ਾ ਰੱਖ ਲਿਵਾਏ ਉਹਦੇ ਸਿਰ 'ਚ ਰੱਤਾ ਨਜ਼ਰ ਆ ਸੀ ਉਹ ਹਟਾ ਕੇ ਨਾ ਬਸ ਕਾਲਾ ਸ਼ੀਸ਼ਾ ਰੱਖ ਲਿਵਾਏ ਉਹਦੇ ਸਿਰ 'ਚ ਕਾਲਾ ਦਿਸੀ ਪਰ ਜਾਣੂ ਵਾਲੇ ਆ ਲਿਓ ਮੈਂ ਕੋ ਦੱਸੋ ਹਾਂ ਸਿਰ ਰੰਗ ਵੱਟੇ ਦਾ ਖੜੇ ਮੈਂ ਆਖ ਗਿਆ ਪਤਾ ਨਹੀਂ ਕਹਿ ਸਮਝੇ ਤੇ ਕਹਿੰਦੇ ਸਿਰ ਤੁਟੋ ਹੈ ਮੇਰੇ ਹਮਸਾਇਓ ਗੱਲ ਸਮਝ ਆਉਂਦੀ ਹੋਈ ਹੈ ਨਾ ਸਿਜ ਤਾਂ ਉਵੇਂ
ਜਿਵੇਂ ਹਾ ਜਿਹੋ ਜਿਹਾ ਸ਼ੀਸ਼ਾ ਜਿਹੋ ਜਿਹਾ ਆਈਨਾ ਉਹੋ ਜਿਹੀ ਸ਼ਕਲ ਦਿਸਦੀ ਹੈ ਬਈ ਇਹਨਾਂ 14 ਦਾ ਹੀ ਉਹ ਮਾਮਲਾ ਹੈ ਹਾਂ ਜੇ ਦਿਲ ਦੇ ਆਈਨੇ ਤੇ ਵਿਲਾ ਦੀ ਜਿਲਾ ਹੋਵੇ ਜਿਵੇਂ ਹਿੰਨ ਉਵੇਂ ਦਿਸਦੇ ਨੇ ਜੇ ਸ਼ੱਕ ਦਾ ਜ਼ੰਗ ਹੋਵੇ ਬਸ ਸ਼ਕਲ ਹੀ ਬਦਲੇ ਪੈਂਦੇ ਨੇ ਤਾਂ ਹੀ ਤਾਂ ਬਕਵਾਸ ਕਰਨ ਲੱਗ ਪੈਂਦੇ ਨੇ ਉਹ ਆਦੇ ਮੈਂ ਜੇ ਆਦੇ ਮੈਂ ਜੇ ਉਹ ਆਦੇ ਮੈਂ ਜੇ ਅੱਲਾ ਦੇਖੋ ਮੈਂ ਕੋਈ ਬੇਚਸਾ ਨਾ ਕਰੋ ਨਾਰੇ ਦੀ ਗਿਣੋ ਛੁੱਟੀ ਤੁਸੀਂ ਐਂ ਮਾਰਨੇ ਬਣਾ ਤੁਟਾ ਅਤੇ ਮੇਰਾ ਜੋ ਕੁਝ ਆਖਣ ਦੇ ਦਿਲੇ ਉਹ ਹੀ ਨਾਰਾਜ਼ ਸੀ ਇਹ ਸਰਦਾਰ ਸ਼ਾਹ ਜਿਹੜੇ ਨਮਾਜ਼ਾਂ ਦੇ ਪਹਾੜ ਲਾਈ ਬੈਠਣ ਨਾ ਉਹ ਮੈਂ ਜਾਣਦਾ ਜਿਹੜੇ ਰੋਜ਼ੇ ਦੇ ਅੰਬਾਰ ਉਸਾਰੀ ਬੈਠੇ ਉਹ ਵੀ ਮੇਰੇ ਇਲਮੇ ਚ ਨੇ ਜਿਹੜੇ ਤੁਹਾਡੇ ਅਮਲ ਲਿਖ ਲਿਖ ਫਰਿਸ਼ਤੇ ਥੱਕੇ ਪੈਣ ਉਹੀ ਮੈਂ ਜਾਣਦਾ ਆਸਰਾ ਇਹੋ ਯਾ ਲਈ ਗਈ ਤੇ ਉਹਦੇ ਚ ਸੁਸਤੀ ਜਿਓ ਬਾਹਰ ਵਾਲੇ ਪਿਛਲੇ ਮਾਰਕਾ ਪਿਛਲੀ ਕਤਾਰ ਵਾਲੇ ਠੀਕ ਹੋ ਜਿਹੜੇ ਦੀਵਾਰ ਨਾਲ ਬੈਠੇ ਹੋ ਜੀਂਦੇ ਰਹੋ ਹੁਣ ਮੈਨੂੰ ਲਿਖਾਏ ਬਿਸਮਿਲਾ ਕਿਉਂਕਿ ਮੈਂ ਜੋ ਤੁਹਾਡੇ ਆਪਣੇ ਮੁਆਸ਼ਰੇ ਦਾ ਤੁਹਾਡੇ ਵਿੱਚੋਂ ਹਾਂ ਤੁਸਾਂ ਜੀ ਹਾਂ ਤੁਹਾਨੂੰ ਜਿਵੇਂ ਮੈਂ ਸਮਝਦਾ ਉਹ ਬਾਹਰ ਵਾਲਾ ਸਮਝ ਨਹੀਂ ਸਕਦਾ ਇਹ ਬਾਤ ਹੈ ਆਹ ਹੁਣ ਬਈ ਮਿਸਾਲ ਨਾਲ ਸਮਝਾਵਾਂ ਇਹ ਜਿਹੜੇ ਨਿੱਕੇ ਬਾਲ 4-5 ਬੈਠਣ ਇਹਨਾਂ ਦਾ ਵਕਤ ਨਾ ਮੰਜੀ ਜੇ ਇਹਨਾਂ ਦੇ ਪੱਲੇ ਕੁਝ ਪਵੇ ਵਿਛੜੇ ਕਦੇ ਕਈ ਆਜੜੀ ਕੋ ਜਿਹੜਾ ਬੱਕਰਿਆਂ ਚਰੇ ਦਾ ਵਾਧਾ ਹੁੰਦਾ ਡਿੱਠੇ ਵੇ ਉਹ ਬੱਕਰੇ ਨਾਲ ਕਿਵੇਂ ਹਲੈਂਦੇ ਹਰ ਬਰ ਇਵੇਂ ਨਾ ਕਿਆ ਬਾਤ ਹੈ ਜਿਹੜੇ ਪਹੁੰਚ ਗਏ ਉਹ ਕਿਆ ਬਾਤ ਹੈ ਹੈ ਇਹ ਹੁਣ ਅਰ ਬਰ ਕੋਈ ਇਨਸਾਨੀ ਬੋਲੀ ਤਾਂ ਨਹੀਂ ਨਾ ਲੇਕਿਨ ਅਗਰ ਉਹ ਆਪਣੀ ਦਬਾਨ ਵਿੱਚ ਬੱਕਰੀ ਕੋ ਆਖੇ ਪਾਣੀ ਪੀ ਬੱਕਰੀ ਦੇ ਕੱਖ ਪੱਲੇ ਪਾਉਣੇ ਇਹ ਵਾਸਤੇ ਉਹ ਆਜੜੀ ਉਹ ਅਯਾਲ ਉਹ ਚਰਵਾਹਾ ਬੱਕਰੀ ਨਾਲ ਅਲੈਂਦੇ ਬੱਕਰੀ ਦੀ ਦਬਾਨ ਵਿੱਚ ਮੰਝ ਕੋ ਛੀ ਕਰਕੇ ਅਲੈਂਦੇ ਮੰਝ ਦੀ ਦਬਾਨ ਵਿੱਚ ਹੁਣ ਮੰਝ ਨੂੰ ਛੀ ਕਰੋ ਤੇ ਮੰਝ ਆਖੇ ਮੈਂ ਜੈ ਬੈਠਿਆ ਲੱਗੇ ਗਏ ਹੋ ਮੰਝ ਜੋ ਸਹੀ ਇਹ ਚਬਲ ਕੋ ਇਤਨਾ ਪਤਾ ਨਹੀਂ ਜੋ ਈ ਤਾਂ ਅਲਾਏ ਉਹਦੇ ਨਾਲ ਉਹਦੀ ਬੋਲੀ ਵਿੱਚ ਇਵੇਂ ਹਸਨੈਨ ਦਾ ਨਾਨਾ ਅਲੈਂਦੇ ਤੇਰੀ ਬੋਲੀ ਵਿੱਚ ਤੂੰ ਇਹਦਾ ਚਬਲ ਹੈ ਤੂੰ ਆਦੇ ਮੈਂ ਜੈ ਅੱਲਾ ਅੱਲਾ ਬਸ ਹਾਲੇ ਠੀਕ ਹੋ ਬਾਬਾ ਹੱਥ ਚਾਇਜ ਕਰੋ ਕਹਿ ਕਿਵੇਂ ਲੈ ਹਾਂ ਸ਼ਾਬਾਸ਼ ਅੱਛਾ ਇਹ ਜੰਨਤ ਸ਼ਾਹ ਜੀ ਤੁਸਾਂ ਸਾਂਝੇ ਲੋਕ ਹੀ ਹੋ ਸਨ ਨਾ ਕੋਈ ਨੂਰੀ ਮਖਲੂਕ ਤਾਂ ਨਹੀਂ ਕੋਈ ਮਾਸੂਮ ਤਾਂ ਨਹੀਂ ਇਹ ਬਸ਼ਾਰੀ ਬਣੇ ਨਾ ਹਾਂ ਇੱਕ ਮਸਲਾ ਸਰਦਾਰ ਸ਼ਾਹ ਸਮਝਾਈ ਜੋ ਨਾ ਇਹਨਾਂ ਕੋਲ ਇਹ ਸੂਰਹ ਮਾਰਿਜ ਚ ਅੱਲਾ ਪਿਆ ਦੇ ਆ ਯਤਮਾਓ ਕੁੱਲ ਉਮਰੇ ਮਿਨਹੁਮ ਐਂ ਯੁਦਖਲਾ ਜੰਨਤ ਨਈ ਕੱਲਾ
ਅੱਲਾ ਖਲਕਨਾਹੁਮ ਮਿਮਾ ਯਾਲਮੂਨ ਅੱਲਾ ਦੇ ਹਰ ਬੰਦਾ ਇਹ ਤਮਾ ਰੱਖੀ ਬੈਠੇ ਜੋ ਮੈਂ ਨਿਮਤਾਂ ਲਈ ਜੰਨਤ 'ਚ ਲਗਾਵੇ ਸਾਂ ਅੱਲਾ ਦੇ ਕੱਲਾ ਹਰਗਿਜ਼ ਨਹੀਂ ਕਿਉਂ ਅੱਲਾ ਖਲਕਨਾ ਲਹੁਮ ਮਿਮਾ ਯਾਲਮੂਨ ਅਸਾਂ ਇਨਸਾਨ ਕੋ ਜਿਹੜੀ ਸ਼ੈ ਵਿੱਚੋਂ ਖਲਕ ਕੀਤੇ ਉਹ ਆਪ ਜਾਣਦੇ ਨਾ ਨਾ ਹੁਣ ਮੇਰਾ ਖਿਆਲ ਹੈ ਹਰ ਬੰਦਾ ਸਮਝ ਗਿਆ ਸੀ ਯਾਨੀ ਕੀ ਆਖਣਾ ਚਾਹੁੰਦੇ ਅੱਲਾ ਕਾਲੂ ਮਲਾਂਗਾ ਚੁੱਕੇ ਇਨਸਾਨ ਨੇ ਨੁਤਫੇ ਚੋਂ ਅੱਲਾ ਦੇ ਨੁਤਫੇ ਵਾਲਾ ਜੰਨਤ ਨਹੀਂ ਮੰਨ ਸਕਦਾ ਅਦਾ ਕਾਕਾ ਭਰਾਵਾ ਮੈਂ ਆਇਤ ਫੜੀਏ ਆਪੂ ਕਈ ਗੱਲ ਨਹੀਂ ਕੀਤੀ ਅੱਲਾ ਦੇ ਕੱਲਾ ਹਰ ਕਿਸੇ ਨੇ ਨੁਤਫੇ ਵਾਲੇ ਵੰਜ ਨਹੀਂ ਸਕਦੇ ਛੁੱਟੀ ਹਾਂ ਤੇ ਵਧੇ ਸੋਹਣਾ ਸੱਤ ਜੰਨਤਾਂ ਅੱਠ ਬਹਿਸ਼ਤਾਂ ਕਿਹੜੀ ਖਾਤਰ ਬਣਾਏ ਨੇ ਅੱਲਾ ਦੇ ਜਨਮ ਮਰਸੋ ਮੇਰੇ ਇਲਮ 'ਚ ਨਹੀਂ ਕਹੀਂ ਜੰਨਤ ਮਹੀਨੇ ਕਹੀਂ ਜਹਨਮ ਮੈਂ ਸਿੱਧਾ ਕਿਉਂ ਨਹੀਂ ਭੇਜਦਾ ਕਬਰ 'ਚ ਕਿਉਂ ਰੱਖਦਾ ਅੱਲਾ ਦੇ ਇੱਥਾਂ ਤੇਰੀ ਮੈਂ ਤੀਨ ਤਬਦੀਲ ਕਰਦਾ ਤੇਰੇ ਨੁਤਫੇ ਵਾਲੇ ਬਦਨ ਕੋ ਕੀੜੇ ਮਕੌੜੇ ਖਾ ਵੇ ਸਨ ਬਸ ਤੇਰੀ ਰੂਹ ਦਾ ਤਾਲੁਕ ਤੇਰੇ ਅਸਲੀ ਬਦਨ ਨਾਲ ਹੋ ਸੀ ਅਸਲੀ ਬਦਲ ਦਾ ਪਤਾ ਹੀ ਵੇ ਖਾਬ ਡਿੱਠੇ ਵੇ ਕਿਹੜਾਈ ਖਾਬ ਬਈ ਮੈਂ ਕਰਾਚੀ ਵਧਾਂ ਮੈਂ ਪੈਰਿਸ ਵਧਾਂ ਸੁੱਤਾ ਤਾਂ ਜਾਣੂ ਵਾਲੇ ਪਈ ਇਹ ਪੈਰਿਸ ਕੌਣ ਗਿਆ ਵਧੇ ਇਹੋ ਤੇਰਾ ਅਸਲੀ ਬਦਲ ਹੈ ਹਾਂ ਜਿਹੜੇ ਮਸਲੇ ਇਲਮ ਦੇ ਬੜੇ ਵੱਡੇ ਦਾਅਵੇਦਾਰ ਕੋਲ ਸਮਝ ਨਹੀਂ ਆਉਂਦੇ ਮੈਂ ਚੁਟਕੀਆਂ ਤੇ ਕੋਈ ਸਮਝਦਾ ਬੈਠਾ ਉਹੀ ਅਸਲੀ ਬਦਲ ਨਾਲ ਤੁਹਾਡਾ ਰਾਬਤਾ ਥੀਵੇ ਸੀ ਨੁਤਫੇ ਵਾਲਾ ਬਦਲ ਗੱਲ ਸੜਵੇ ਸੀ ਵਕਤ ਜੰਨਤ ਵੇਸੋ ਹੁਣ ਮੈਂ ਦੇਖੀ ਯਾਨੀ ਈ ਨੁਤਫੇ ਵਾਲੇ ਬਦਲ ਨਾਲ ਅਸਾਂ ਜੰਨਤ ਨਹੀਂ ਜਾ ਸਕਦੇ ਹੁਣ ਮੈਂ ਦੇਖ ਹਲਣ ਮੈਂ ਇੱਕ ਬੰਦਾ ਇਹਨਾਂ ਦੇ ਅਸਾਂ ਗੇਟ ਇੱਕੋ ਬੰਦ ਜਾ ਕਰਵੇ ਸਨ ਤੇ ਗਨ ਮੈਨ ਬਾਹੂ ਖੜਵੇ ਸਨ ਜਿਹਦੇ ਫੈਸਲਾ ਨਾ ਕਰੇ ਹਸਨੈਨ ਦਾ ਨਾਂ ਨਾ ਮੇਰਾਜ ਤੇ ਕੀ ਆ ਜਾਂ ਕੋਈ ਨਾ ਵੱਲ ਆਏ ਤਾਂ ਦੱਸੇ ਸਾਦੇ ਮੈਂ ਜੰਨਤ ਦੀ ਸੈਰ ਕੀਤੀ ਏ ਨਹੀਂ ਨਹੀਂ ਜਾਂ ਤਾਂ ਮੇਰਾਜ ਦਾ ਮੁਨਕਰ ਬਣ ਤੇ ਤੇਰਾ ਛੇਵਾਂ ਇਮਾਮ ਫਰਮਾਉਂਦੇ ਮਨ ਅਨ ਕਰਲ ਮੇਰਾ ਜਬਰ ਰਜਾ ਤਫਲੇ ਸਮਨ ਸ਼ਿਜਤ ਨਾ ਮੇਰਾ ਛੇਵਾਂ ਇਮਾਮ ਦੇ ਜਿਹੜਾ ਮੇਰਾਜ ਤੇ ਰਜਤ ਦਾ ਮੁਨਕਰ ਉਹ ਸਾਡਾ ਸ਼ੀਆ ਨਹੀਂ ਜਾਨ ਛੋੜ ਵਰਨਾ ਅੱਲਾ ਦੇ ਨੁਤਫੇ ਵਾਲਾ ਤੇ ਜੰਨਤ ਵੰਜ ਨਹੀਂ ਸਕਦਾ ਤੇ ਹਸਨੈਨ ਦਾ ਨਾ ਨਾ ਉਹੀ ਬਦਲ ਨਾਲ ਜੰਨਤ ਜਿੱਥੀ ਆਏ ਤੈ ਜੀ ਹੋਵੇ ਆ ਤਾਂ ਵੰਜ ਸਕਦਾ ਅੱਛਾ ਹੁਣ ਸਰਦਾਰ ਸ਼ਾਹ ਇਵੇਂ ਆ ਬਾਦਸ਼ਾਹ ਕਾਸ਼ਿਫ ਬਈ ਜਿਵੇਂ ਇੱਥਾ ਸਾਡਾ ਇਹ ਬਦਲ ਗੱਲ ਸੜਵੇ ਸੀ ਬਸ ਸਾਡੀ ਰੂਹ ਦਾ ਤਾਲੁਕ ਹਕੀਕੀ ਤੇ ਅਸਲੀ ਬਦਲ ਨਾਲ ਹੋ ਸੀ ਉੱਥਾਂ ਸਾਡੀ ਬੋਲੀ ਬਈ ਹੋ ਸੀ ਉੱਥਾਂ ਲਹਿਜਾ ਵੀ ਆ ਹੋ ਸੀ ਇਹ ਮੈਂ ਪਾਕ ਰਸੂਲ ਦੀ ਹਦੀਸ ਪੜ੍ਹੀ ਹੈ ਫਰਮਾਇਆ ਜੰਨਤ ਦੇ ਕਈ ਪਰਿੰਦੇ ਦੀ ਬੋਲੀ ਕੋਈ ਸੁਣ ਗਿਣਿਆ ਨਾ ਦੁਨੀਆਂ 'ਚ ਲੱਜ਼ਤ ਏ ਸੌਤ ਤੂੰ ਮਰਵੇ ਸੀ ਪਰਿੰਦੇ ਦੀ ਆਵਾਜ਼ ਜੰਨਤ ਦੀ ਜਿਆ ਹੁਣ ਅੱਲਾ ਕਰੇ ਖਰੀਦਾਰ ਹੋਵਣ ਵਿਗਾਰੂ ਨਾ ਹੋਵਣ ਤੇਰੇ ਚੌਥੇ ਇਮਾਮ ਕੋਲ ਇੱਕ ਬੰਦਾ ਆਏ ਅਤੇ ਯਬਨਾ ਰਸੂਲ ਅੱਲਾ ਇੰਨੀ ਉਰੀ ਦੋ ਅਨ ਅਸਮਾ ਸੌਤ ਅਹਲ ਜੰਨਤ ਅਤੇ ਰਸੂਲ ਦਾ ਬਚੜਾ ਮੈਂ ਚਾਹੁੰਦਾ ਮੈਂ ਜੰਨਤੀ ਲੋਕਾਂ ਦੀ ਬੋਲੀ ਸੁਣਾ ਲਹਿਜਾ ਸੁਣਾ ਕਿਹੜੀ ਜ਼ਬਾਨ 'ਚ ਕਿਹੜੇ ਲਹਿਜੇ 'ਚ ਅਲੇ ਸਨ ਆਪਣੇ ਵਕਤ ਦੇ ਅਲੀ ਬਿਲਾਤਿਸ਼ ਵੀ ਡਿੱਠੇ ਪਰਮੰਦਰ ਹਲ ਤਖਦੇ ਰਹੋ ਅੰਤ ਹਮੇ ਲਾ ਲੈ ਉਹ ਤਾਕਤ ਹੈ ਹੀ ਉਹ ਲਹਿਜਾ ਪਚਾ ਸਕਦੇ ਅਜੇ ਮਾਲਾ ਤੱਕ ਥੱਕ ਪਿਆ ਤੇ ਮੈਂ ਬਸ ਕਰਾਂ ਅਜੇ ਮਾਲਾ ਹੈ ਤਾਕਤ ਬਸ ਹੁਸੈਨ ਦੇ ਵਲੀ ਆਦ ਇੱਕ ਲਫ਼ਜ਼ ਬੋਲੇ ਜੰਨਤ ਦੇ ਲਹਿਜੇ 'ਚ ਚੀਖ ਮਾਰ ਕੇ ਮੈਂ ਚਵੇ ਡੱਠੇ ਬੇਹੋਸ਼
ਹੁਣ ਇਮਾਨ ਨਾਲ ਆਖਾਂ, ਜਦੋਂ ਜੰਨਤੀ ਲੋਕਾਂ ਦੇ ਲਹਿਜੇ ਦਾ ਇੱਕ ਲਫ਼ਜ਼ ਬਸ਼ਰ ਨਹੀਂ ਪਚੇਂਦਾ, ਜਿਨ੍ਹਾਂ ਦੇ ਮੂੰਹ ਵਿੱਚ ਅੱਲਾਹ ਦੀ ਜ਼ਬਾਨ ਹੈ ਜੋ ਆਪਣੀ ਬੋਲੀ ਬੋਲੇਂਦੇ, ਸੁਣਦਾ ਕੌਣ? ਮੈਂ ਆਖੇ ਜਾਂਦੇ ਤੇਰੇ ਸਿਰ ਤੋਂ ਟੱਪ ਗਈ ਹੈ ਗੱਲ ਜਾ। ਨਾ ਇੰਨੇ ਦੀਆਂ ਹਕੀਕੀ ਸੂਰਤਾਂ ਕਈ ਡਿੱਠੇ, ਨਾ ਇੰਨੇ ਦੇ ਦੁਨੀਆਂ 'ਚ ਕਈ ਹਕੀਕੀ ਲਹਿਜੇ ਸੁਣੇ। ਦਾਖਲਾ ਮਹਿਮੂਦ ਅਲ ਗਜ਼ਨਵੀ ਅਲ ਸ਼ੇਖ ਅਬਿਲ ਹਸਨ ਅਲ ਖਰਕਾਨੀ ਲੈ ਜ਼ਿਆਰਤ ਹੀ ਜਲਾ ਸਸਾਅਤਨ ਵਕਾਲਾ ਯਾ ਸ਼ੇਖ ਮਾ ਤਕੂਲ ਫੀ ਹੱਕ ਅਬੀ ਯਜ਼ੀਦ ਅਲ ਬਿਸਤਾਮੀ ਕਾਲਾ ਹੋ ਰਾਜੁਲ ਮਰ ਰਾ ਹੋ ਇਹਤਦਾ ਵਹੁਸਲ ਲਹੁ ਸਾਦਤ ਲਾ ਤੁਫਾ ਕਾਲਾ ਕੈ ਫਜ਼ਾਲੇ ਕਾ ਵ ਅਬੂ ਜਹਲ ਰਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਾਲਿ ਵਸੱਲਮ ਵਲਮ ਯਤਹਸਲ ਲਹੁ ਸਾਦਤ ولم يتخلص من الشقاوات فقال الشيخ في جوابه ان ابا جهل ما را رسول الله ولكن را محمد ابن عبد الله يتيم ابي طالب انما النظر بعين الراس لا يوجب ذلك بل النظر بالسر والقلب يوجب ذلك میں جنگل تے نہیں بیٹھا پڑدا نا سلطان محمود غزنوی دا نام سنیا ہے نا او جے سومنات دا پتروڑا ਸ਼ੇਖ ਅਬੁਲ ਹਸਨ ਖਰਕਾਨੀ ਇੱਕ ਬਜ਼ੁਰਗ ਗੁਜ਼ਰੇ ਉਹਦੀ ਜ਼ਿਆਰਤ ਕਿਤੇ ਗਿਆ ਬਾਦਸ਼ਾਹ ਝੱਟ ਬੈਠਾ ਰਿਹਾ ਤੇ ਬਤ ਪੁੱਛਦੇ ਯਾ ਸ਼ੇਖ ਮਾ ਤਕੂਲੋ ਫੀ ਹੱਕੇ ਅਬੀ ਯਜ਼ੀਦ ਅਲ ਬਿਸਤਾਮੀ ਤੁਸਾਂ ਅਬੂ ਯਜ਼ੀਦ ਬਿਸਤਾਮੀ ਦੇ ਬਾਰੇ 'ਚ ਕਿਆ ਆਖਦੇ ਹੋ? ਜਾਣਦੇ ਹੋ ਅਬੂ ਯਜ਼ੀਦ ਬਿਸਤਾਮੀ ਨੂੰ? ਦੱਸੋ ਤਾਂ ਮੈਂ ਦੱਸਿਆ, ਜੇ ਜਾਣਦੇ ਹੋ ਤਾਂ ਅੱਗੋਂ ਤੇ ਟੁਰਾਂ, ਨਹੀਂ ਤਾਂ ਦੱਸੀ ਵਜਾ। ਇਹ ਤੇਰੇ ਨਾਵੇਂ ਇਮਾਮ ਦੇ ਦੌਰ 'ਚ ਗੁਜ਼ਰੇ। ਤੇਰਾ ਦਿਲ ਕੋਈ ਨਹੀਂ ਤਾਂ ਮੰਨਤ ਮੇਰੀ ਕੋਈ ਨਹੀਂ। ਇਹ ਜਬਰਨ ਤਾਂ ਗਜ਼ਲ ਫਰਕੋ ਸੁਣਾਉਣ ਦੀ ਆਦਤ ਹੀ ਨਹੀਂ। ਹਾਂ ਯਾ ਇਹ ਨਖਰਾ ਦਿਖਾਇਆ ਕਰੋ ਸੀਡੀਆਂ ਰੱਟਣ ਵਾਲੇ ਕੋ, ਗਜ਼ਲ ਫਰ ਸੀਡੀਆਂ ਰੱਟ ਕੇ ਅਲਾਮਾ ਨਹੀਂ ਬਣਿਆ। ਹਾਂ ਭਾਵੇਂ ਕੋਈ ਇੰਡੀਆ 'ਚ ਤੇ ਭਾਵੇਂ ਪਾਕਿਸਤਾਨ 'ਚ, ਜਿਹੜਾ ਮਿੰਬਰ ਤੇ ਬਾਂਧਦੇ ਨਾ ਉਹ ਪੜਦਾ ਹੀ ਗੁਨਾਹਗਾਰ ਕੋ ਹੈ। ਹਾਂ ਅਰੇ ਮੈਨੂੰ ਦੇਖੀ ਐਬ ਹੋ ਸੀ ਨਕਸ ਹੋ ਸੀ, ਮਗਰ ਮੈਂ ਸੁਣ ਵਾਲਿਆਂ ਦੇ ਮੱਥੇ ਦਾ ਵੱਟ ਬਰਦਾਸ਼ਤ ਨਹੀਂ ਕਰ ਸਕਦਾ। ਹਾਂ ਮੈਂ ਆਖੇ ਤੇਰੇ ਨਾਵੇਂ ਇਮਾਮ ਦੇ ਦੌਰ ਦਾ ਸਰਦਾਰ ਸ਼ਾਹੀ ਖੁਦ ਰਿਵਾਇਤ ਕੀਤੀ ਅਬੂ ਯਜ਼ੀਦ ਅਤੇ ਖਰਜ ਤੋਂ ਬੈਤਨ ਮਿਨ ਬੈਤੀ ਲੈ ਜ਼ਿਆਰਤ ਬੈਤ ਅੱਲਾਹ ਅਲ ਹਰਾਮ, ਅਤੇ ਮੈਂ ਅੱਲਾਹ ਦੇ ਘਰ ਦੀ ਜ਼ਿਆਰਤ ਕੀਤੇ ਘਰ ਉੱਟਾਂ ਹੱਤਾ ਫਸਲ ਤੋਂ ਗਾਓ ਤਾਤਾ ਦਮਿਸ਼ਕ ਵੀ ਸ਼ਾਮ ਅਦੇ ਅਤਾ ਕੇ ਸ਼ਾਮ ਦੇ ਮੁਲਕ ਗੌਤਾ ਦਮਿਸ਼ਕ ਪਹੁੰਚਾ ਰਾਏ ਤੋਂ ਸਬੀਨ ਅਲਾ ਤਿਲਨ ਯਲਾਵੋ, ਮੈਂ ਇੱਕ 4 ਸਾਲ ਦਾ ਬਾਲ ਡਿੱਠੇ ਜਿਹੜਾ ਇੱਕ ਟਿੱਬੇ ਤੇ ਬੈਠੇ ਮੁੱਠ ਰੇਤ ਦੀ ਭਰ ਕੇ ਹੀ ਸਟੇਂਦੇ, ਮੁੱਠ ਭਰ ਕੇ ਹੀ ਸਟੇਂਦੇ। ਜਿਓ ਅਦੇ ਫਕੁਲ ਤਫੀ ਨਫਸੀ, ਮੈਂ ਆਪਣੇ ਦਿਲ 'ਚ ਆਖੇ ਇਹ ਬੜਾ ਸਾਹਿਬ ਕਰਾਮਤ ਬਜ਼ੁਰਗ ਆ ਸਰਦਾਰ ਸ਼ਾਹ, ਸੱਤਵੀਂ ਜ਼ਮੀਨ ਦੇ ਪਾਤਾਲ ਨਹੀਂ ਦੇਖ ਗਿੰਦਾ ਇਹ ਬੈਠੇ ਬੈਠੇ। ਅਤੇ ਮੈਂ ਦਿਲ 'ਚ ਸੋਚੇ ਇਹ 4 ਸਾਲ ਦਾ ਬਾਲ ਹੈ, ਜੇ ਮੈਂ ਇਹਦੇ ਉੱਤੇ ਸਲਾਮ ਕਰਾਂ ਇੱਕ ਤਾਂ ਪਤਾ ਹੀ ਨਾ ਉਸ ਸਲਾਮ ਦੀ ਹਕੀਕਤ ਦਾ, ਅਤੇ ਜੇ ਨਾ ਕਰਾਂ ਤਾਂ ਸੁਨਤ ਛੁੱਟਦੀ ਹੈ। ਆਖਰੀ ਜੋਂਡਾ ਦੇ ਮੈਨੂੰ ਲਿਖਾਏ ਅਤੇ ਵੱਧ ਮੈਂ ਸੋਚੇ ਚਲੋ ਸੁਨਤ ਹੈ ਨਾ ਕਰੇ ਨਾ ਸਲਾਮ, ਅਤੇ ਮੈਂ ਕਿਹਾ ਅਸਲਾਮ ਵਾਲੇਕ ਅੱਗੇ ਬੱਚੇ ਮੈਂ ਦੀਦ ਚਾਹੀਏ ਪਰ ਮੈਂ ਲਾਓ ਲਾ ਆਮਰਾ ਨੱਲਾਹ ਬਿਰ ਰੱਦ ਲਤਹੀਯਤ ਨਵਾ ਜਬ ਤੋ ਕਾ ਕੰਨ ਕਾ ਇਸ ਤਸਰਤਲੀ ਪਰ ਮੈਂ ਓਏ ਅਬੂ ਯਜ਼ੀਦ
ਜੇ ਅੱਲਾਹ ਸਾਕੋ ਹੁਕਮ ਨਾ ਦਿੱਤਾ ਹੋਵੇ ਨਾ ਸਲਾਮ ਦੇ ਜਵਾਬ ਦਾ, ਮੈਂ ਤੇ ਕਿਆਮਤ ਤੇ ਜਵਾਬ ਦੇਵਾਂ ਹੀ ਨਾ। ਹਾਂ ਅੱਲਾਹ ਜੋ 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 ਕੰਨ ਨਾ ਕਾਇਸ਼ਤਾ ਸਰ ਤਾਂ ਨੀ ਮੈਂ ਕੋਈ ਬਾਲ ਸਮਝੀ ਦਿਲੇ ਸੁਰਜਿਆ ਦਾ ਖੜਾ ਮੈਂ ਉੱਥੇ ਮੇਰੇ 14 ਤਬਕ ਰੋਸ਼ਨ ਤੇ ਹੈ 4 ਸਾਲ ਦਾ ਬਾਲ ਹੈ ਮੇਰੇ ਦਿਲ ਦਿਆਂ ਬੁਝਦਾ ਬੈਠੇ। ਹਾਂ ਅਤੇ ਮੈਂ ਇਹ ਮੁਅੱਦਬ ਥਿਆ ਅਦਬ ਦਾ ਸਰ ਝੁਕਾ ਮੈਂ ਉਹਨੂੰ ਪੁੱਛਸ ਇਲਾਇ ਨਾ ਕਸਤਾ ਕਿਹੜੇ ਪਾਸੇ ਪੈਂਦਾ ਪਏ ਅਦੇ ਇਲਾ ਜ਼ਿਆਰਤ ਤੇ ਬੈਤ ਇਲਾ ਅਲ ਹਰਾਮ ਅੱਲਾ ਦੇ ਘਰ ਦੀ ਜ਼ਿਆਰਤ ਮੁਸਕਰਾ ਕੇ ਫਰਮਾਇਆ ਨੇ ਕਦਾ ਕੱਲਾ ਹੋਈ ਲਾ ਬੈਤ ਹੀ ਅੱਲਾ ਤੇ ਕੋ ਦਾਵਤ ਦਿੱਤੀ ਹੈ ਜੋ ਮੇਰੇ ਘਰ ਆ। ਉਹ ਯਾਰ ਹੁਣ ਮੇਰੇ ਫਿਕਰੇ ਪਤਾ ਨਹੀਂ ਕੌਣ ਪੁੱਛੇਦਾ ਬੈਠੇ ਕੌਣ ਦਾ ਬੈਠਾ ਕਰਨ ਦੇ ਕੌਣ ਲਿਖਦਾ ਬੈਠੇ ਅਦੋ ਮੈਂ ਹੈਰਾਨ ਥੀ ਗਿਆ ਕਿਸੇ ਦਾਵਤ ਤੋਂ ਕੋਈ ਨਹੀਂ ਫਿਰ ਮੈਂ ਕਦਾ ਹੀ ਕਹੀ ਬਏ ਬੰਦੇ ਦੇ ਘਰ ਗਏ ਰੋਟੀ ਖਾਵਣੀ ਮੈਂ ਬਗੈਰ ਸੱਜੇ ਅਦੇ ਕਹਿਣਾ ਫਿਰ ਮੈਂ ਅੱਲਾਹ ਕੋ ਆਮ ਬੰਦੇ ਜੀ ਤੀਨ ਵੀ ਸਮਝਾ ਅਦੇ ਮੈਂ ਤੜਪ ਗਿਆ ਮੈਂ ਕਿਹਾ ਸਰਕਾਰ ਵੱਲ ਮੈਂ ਪਿੱਛਾ ਵੱਲ ਵਜਾਂ ਪਰ ਮੈਨੂੰ ਹਾਜ਼ਰ ਲੱਗਾ ਮਰਜ਼ੀ ਤੇਰੀ ਮਗਰ ਬਣਦਾ ਇਵੇਂ ਹੈ ਘਰ ਦਾ ਮਾਲਕ ਸੱਡੇ ਤੇ ਬੰਦਾ ਤਾਂ ਵਜੇ ਅਦੇ ਮੈਂ ਅਗਲੇ ਸਾਲ ਵੱਧ ਗਿਆ ਤਿਆਰੀ ਕਰਦਾ ਰਹੀਆਂ ਅੱਲਾਹ ਦੇ ਸੱਲੇ ਦੀ ਚਲੋ ਮੈਂ ਤੇਰੀ ਤਾਂਗ ਪਹਿਲੇ ਚ ਮੁਕਾਵਾ ਇਹ ਤੁਹਾਡਾ ਨਾਮ ਆ ਇਮਾਮ ਮੁਹੰਮਦ ਤਕੀਹਾ ਅਜੇ ਉਹ ਟਿੱਬੇ ਤੇ ਬੈਠੇ ਉਹ ਰੇਤ ਜ ਮੁੱਠੀ ਹਾਂ ਹਾਂ ਓਏ ਅਬੂ ਯਜ਼ੀਦ ਮਿਲ ਗਈ ਦਾਵਤ ਨਾਮਾ ਜੀਆ ਸਰਕਾਰ ਕਦ ਅਰਫਤਾ ਸਾਹਿਬ ਅਲ ਬੈਤ ਘਰ ਦੇ ਮਾਲਕ ਕੋ ਸੁਜਾਣਦਾ ਹੈ ਅੱਲਾਹ ਅਕਬਰ ਹੈ ਕਿ ਮੈਂ ਆਖੇ ਕੋਈ ਨਾ ਫਿਰ ਅੱਛਾ ਤੂੰ ਜੋ ਕਈ ਸ਼ਹਿਰ ਦੇ ਕਈ ਮਹੱਲੇ ਚ ਬੰਜੇ ਹੈ ਤੇ ਆਖੇ ਮੈਂ ਕਹੂੰ ਬੰਦੇ ਦਾ ਘਰ ਦੱਸੋ ਜੇ ਕੋ ਮੈਂ ਜਾਣਦਾ ਨਹੀਂ ਤੇ ਕੋ ਕਮਲਾ ਸਮਝ ਕੇ ਵੱਟੇ ਮਰੇ ਸਨ ਜਾਂ ਰਾਹ ਦੱਸੇ ਸਨ ਅੱਗੇ ਸੋਨਾ ਮਰੇ ਸਨ ਤਾਂ ਵੱਟੇ ਅੱਗੇ ਬਸ ਜਿਹੜਾ ਘਰ ਦੇ ਮਾਲਕ ਕੋਈ ਜਾਣਦਾ ਹੀ ਨਹੀਂ ਕਰਨ ਕਿਆ ਪਿਆ ਮੈਨੂੰ ਹੈਰਾਨ ਥੀ ਕਿ ਅੱਗੋ ਅਬੂ ਯਜ਼ੀਦ ਜਾਨੂ ਵਾਲੇ ਆ ਲਿਓ ਆਦੇ ਅਦੇ ਸਰਕਾਰ ਉਹ ਤਾਂ ਜਿਸ਼ਮ ਹੀ ਨਹੀਂ ਰੱਖਦਾ ਉਹਦਾ ਤਾਂ ਪਤਾ ਨਹੀਂ ਕੋਈ ਨਹੀਂ ਉਹ ਕੋਈ ਸੁਜਾਣਾ ਕਿਵੇਂ ਫਿਰ ਮੇਰੇ ਦੇਖੇ ਪਰ ਮੈਂ ਦੁਨੀਆਂ 'ਚ ਕਿਵੇਂ ਸੁਜਣੇ ਨੇ ਅੱਗੇ ਮੌਲਾ ਜਗੋ ਡਿੱਠਾ ਹੋਇਆ ਹੋਵੇ ਉਹਦਾ ਤਾਂ ਚਿਹਰੇ ਤੋਂ ਪਤਾ ਲੱਗ ਪੈਂਦੇ ਇਹ ਜ਼ੈਦ ਹੈ ਇਹ ਬੱਕਰ ਹੈ ਇਹ ਫਲਾਣਾ ਹੈ ਪਰ ਬਸ ਅੱਲਾਹ ਕੋਈ ਮੈਂ ਸੁਜਾਣ ਫਾਰਿਫ ਵਜਹ ਅੱਲਾਹ ਤਾਰਿਫ ਇਲਾ ਵਜਹ ਅੱਲਾਹ ਕੋ ਸੁਜਾਣ ਗਏ ਸਮਝ ਅੱਲਾਹ ਕੋ ਸੁਜਾਣ ਗਏ ਇਰਸ਼ਾਦ ਸ਼ਾਹ ਹੁਣ ਬਸ ਨਾ ਕਰਾਂ ਸਜਾਣਗੇ ਬਸ ਅੱਲਾਹ ਕੋ ਸਜਾਣਗੀ ਦੇ ਅਤੇ ਮੇਰੇ 14 ਤਬਕ ਰੋਸ਼ਨ ਥੀ ਗਏ ਮੈਂ ਪੁੱਛੇ ਤੂੰ ਹੈ ਕੌਣ ਪਰ ਮੈਂ ਅਨਾ ਮੁਹੰਮਦ ਬਿਨੋ ਅਲੀ ਨੇ ਰਜ਼ਾ ਰਜ਼ਾ ਦਾ ਬਚਣਾ ਮੇਰਾ ਨਾਮ ਮੁਹੰਮਦ ਹੈ ਹੁਣ ਜੋ ਕਿ ਸਰਦਾਰ ਸ਼ਾਹ ਅਬੂ ਯਜ਼ੀਦ ਮੈਂ ਪਹਿਲੇ ਦੱਸਿਆ ਨਾ ਜੋ ਇਵੇਂ
ਦੀਦ ਕਰਿਆ ਨਾ ਸੱਤਵੀਂ ਜ਼ਮੀਨ ਦੇ ਅੰਦਰ ਹੀ ਗਿੰਦਾ ਅਤੇ ਮੈਂ ਕੋਈ ਆਪਣੇ ਉੱਤੇ ਵੱਡਾ ਘਮੰਡ ਹਾਂ। ਮੈਂ ਕਿ ਮੇਰੇ ਨਾਲ ਖੇਡ ਖੇਡਦੇ ਹੀ ਸਰ ਜੈਸੋ ਜਣਾ ਬੁਝ ਤਾਂ ਕਹਿੰਦਾ ਖੇਡ ਖੇਡਦੇ ਪਰ ਮੈਂ ਅਯੋ ਹਲ ਅਹਮਕ ਮਾ ਖੁਲਕ ਨਾ ਲਿਲਾਬ ਹੋਇਆ ਅਹਮਕ ਅਸਾਂ ਖੇਡ ਕਿਤੇ ਖਲਕ ਨਹੀਂ ਥੇ ਮੈਂ ਕਿ ਸੋਹਣਾ ਇਹੀ ਤਾਂ ਖੇਡਦਾ ਬੈਠੇ ਮੁੱਠ ਹੀ ਭਰ ਕੇ ਸੱਟੇ ਨਹੀਂ ਭਰ ਕੇ ਇਹੀ ਤਾਂ ਖੇਡ ਹੈ ਪਰ ਮੈਂ ਤਾਂ ਕੋਈ ਨਹੀਂ ਅਸਰਾਰ ਦਾ ਪੱਤਾ ਕੋਈ ਨਹੀਂ ਅੱਛਾ ਕਿਆ ਖੇਡ ਖੇਡਣਾ ਚਾਹੁੰਦੇ ਅਤੇ ਲੁਕ ਛੱਪਣ ਤੁਸਾਂ ਲੁਕੋ ਮੈਂ ਗੁਲੇ ਸਾਵਾਂ ਤਾਂ ਮੈਂ ਲੁਕਸਾਂ ਤੁਸਾਂ ਗੁਲਾ ਹੈ ਮੁਸਕਰਾਏ ਪਰ ਮੈਂ ਤੈਨੂੰ ਵੱਧ ਲੁਕ ਨਾ ਪਹਿਲੇ ਤੁਸਾਂ ਲੁਕੋ ਪੰਜ ਸਾਲ ਦੇ ਤੇਰੇ ਨਾਮੇ ਮਾਂ ਮੁਸਕਰਾ ਕੇ ਫਰਮਾਏ ਤੂੰ ਲੁਕ ਮੈਂ ਲੁਕ ਗਿਆ ਤਾਂ ਤੇਰੀ ਤਕਦੀਰ ਕੋਈ ਨਾ ਲਮਸਾਂ ਅੱਲਾਹ ਸਮਝ ਆਉਂਦੀ ਮੈਂ ਗੱਲ ਦੀ ਤੇਰੀ ਤਕਦੀਰ ਹੀ ਨਾ ਬੋਲ ਸਕਸੀ ਅਤੇ ਮੈਂ ਵਾਸਤਾ ਦਿੱਤੇ ਅਦੇ ਅਕਸ਼ਮ ਤੋਂ ਅਦੇ ਕਬਿਲ ਨਜ਼ੀ ਅਕਦਰਾ ਕਾਲਾ ਹਾਦਾ ਤੇ ਕਸਮ ਹੈ ਜ਼ਾਤ ਦੀ ਜੈ ਤੱਕ ਇਹਦੀ ਕੁਦਰਤ ਅਤਾ ਕੀਤੀ ਹੈ ਪਹਿਲੇ ਤੂੰ ਲੋਕ ਮੈਂ ਮੂੰਹ ਫਿਰਦਾ ਪਿਆ ਮੈਨੂੰ ਯਾਦ ਆਈ ਜੀ ਕਮਜ਼ੋਰ ਹੀ ਲਈ ਆ ਜਿਹੜਾ ਮੂੰਹ ਫਿਰਨ ਦੀ ਗੱਲ ਕੀਤੀ ਨਾ ਮੈਨੂੰ ਦੇਖ ਮੈਨੂੰ ਮੇਰੇ ਇਲਮ ਚ ਤੂੰ ਅੱਲਾ ਦੇ ਯਾਰਾਂ ਅਸਮਾਏ ਆਜ਼ਮ ਦਾ ਆਮਿਲ ਹੈ ਇੱਕ ਇੱਕ ਇਸਮੇ ਆਜ਼ਮ ਕਾਇਨਾਤ ਤੇ ਮੋਹਿਤ ਹੁੰਦੇ ਤੂੰ ਯਾਰਾਂ ਜਾਣਦੇ ਯਾਰਾਂ ਦੇ ਯਾਰਾਂ ਅਸਮਾਏ ਆਜ਼ਮ ਦਾ ਮੇਰੇ ਗਿਰਦ ਪਹਿਰਾ ਬਲਹਾ ਆਪਣੀਆਂ ਦੀਦਾਂ ਦੇ ਮੈਂ ਕੋਈ ਹਿਸਾਰ ਚ ਰੱਖ ਜਿਵੇਂ ਤੇਰੀਆਂ ਨਜ਼ਰਾਂ ਦੀਆਂ ਲਹਿਰਾਂ ਚ ਮੈਂ ਗਾਇਬ ਨਾ ਹੋ ਵਈਆਂ ਮੈਂ ਕੋ ਮੁਕੱਲਬੁਲ ਕੁਲੂਬ ਵਲ ਅਬਸਾਰ ਦਾ ਮਦਹਰ ਕਾਇਮ ਸਜਣੇ ਤੇ ਮੈਂ ਦੱਸੇ ਸਾਂ ਕਈ ਗੁਨਾਹ ਹੈ ਬਾਹਰ ਵਾਲਾ ਮਾਲਾ ਥੱਕ ਗਿਆ ਨਾ ਹੁਣ ਅੱਛਾ ਨਾਰਾ ਨਾ ਮਾਰੇ ਨਾ ਤਾਂ ਮੈਂ ਮਨ ਗਿਨਾ ਜੋ ਨਹੀਂ ਥੱਕੇ ਹਾਂ ਮੈਂ ਜ਼ਿਆਦਾ ਤੰਗ ਨਹੀਂ ਕਰਨਾ ਤੇਕੋ ਮੈਂ ਕਿਹਾ ਠੀਕ ਹੈ ਸਹੀ ਲੁਕੋ ਮੈਂ ਲਫ਼ਜ਼ ਮੁੱਕਿਆ ਨਾ ਅਬੂ ਜੀ ਮੈਂ ਰਿਠੇ ਤੋਂ ਬਾਲ ਗਾਏ ਪਏ ਪਾਤਾਲ ਦੀਦ ਕੀਤੀ ਜ਼ਮੀਨ ਦੇ ਵਰਕ ਉਲਟੇ ਦਰਿਆਵਾਂ ਦੀ ਲਹਿਰਾਂ ਚ ਗੋਲਿਆ ਬਦਲਾਂ ਚ ਤਲਾਸ਼ ਕੀਤਾ ਹਵਾਵਾਂ ਚ ਫਲਾਂ ਚ ਖਲਾਏ ਚ ਬਾਗਾਂ ਚ ਗੋਲੇ ਚ ਗੁਲਸ਼ਾਨ ਚ ਇੱਕ ਇੱਕ ਫੁੱਲ ਦੀ ਪੱਤੀ ਪੱਤੀ ਚ ਤਲਾਸ਼ ਕਰ ਆਪੂ ਜਾਣ ਸਾਰੀ ਕਾਇਨਾਤ ਚ ਗੋਲ ਗੋਲ ਜਾਣੂ ਵਾਲੇ ਵਾਲੇ ਟਿੱਲ ਮਾਰ ਕੇ ਵਾਪਸ ਉਠਾਈ ਆਖੜੇ ਅਦੇ ਅਯੋ ਹਲ ਮੋਸਤਾ ਤੇਰੇ ਇਲਾਵਾ ਇਨਾਨ ਤਾ ਉਹ ਲੁਕਾਂ ਵਾਲੀ ਜ਼ਾਤ ਹੈ ਕਿੱਥਾ ਅਦੇ ਮੈਨੂੰ ਅੰਦਰੋਂ ਆਵਾਜ਼ ਆਈ ਹੈ ਇੰਨੀ ਸਤਰ ਤੋਂ ਵਰਾਓ ਕੱਲ ਵੇਗਾ ਤੂੰ ਮੈਂ ਕੋ ਖੁਦਾਈ ਚ ਵਦਾ ਗੁਨੇ ਦੇ ਮੈਂ ਤੇਰੇ ਦਿਲ ਦੇ ਪਿੱਛੋਂ ਲੁਕਿਆ ਹੋਇਆ ਇਤਨਾ ਵਕਤ ਲੱਗੇ ਦੇ ਤਾਰੇ ਗਾਲ ਭੁੱਲੀ ਤਾਂ ਨਹੀਂ ਸੁਲਤਾਨ ਮਹਿਮੂਦ ਗਜ਼ਨਵੀ ਸ਼ੇਖ ਅਬੁਲ ਹਸਨ ਖਰਕਾਨੀ ਕੋਲ ਪੁੱਛਿਆ ਤੁਸੀਂ ਅਬੂ ਯਜ਼ੀਦ ਬਿਸਤਾਮੀ ਦੇ ਹੱਕ ਚ ਕਿਆ ਆਖਦੇ ਹੋ ਆਖਰੀ ਬੰਦੇ ਤੱਕ ਮੈਨੂੰ ਲਿਖਾ
شیخ ابو الحسن آتے ہوا رجل مر رہا احتدا وحسن رہا سعادت اللہ تفا ادن او تا او عظیم شخصا جائیں اوکو ڈٹھے ہدایت دے آگئے اوکو او سعادت ملی ہے جنہی لوک نہیں سکتی سلطان محمود آدھے کیفہ دالے کا ایک ہی میں تھی سکتے وابو جہل را رسول اللہ ادھے ابو جہل تا رسول کو ڈٹھا جنا تر دل لو سی اگلی گال بات دسے سا ہاں جیڑی نوار قیمت دیسو اوئی نہاڑے سنے سا یہ کم پہلے جو کرو ہاں ابو جہل تا رسول کو ڈٹھا نہ ہدایت تے آیا نہ اون دی بدبختی مکی اور شاید جواب سننے شیخ ابو الحسن خرقانی دا اور دیتے کو کہیں آنکھے سلطان محمود جو ابو جہل رسول کو ڈٹھے اور دیتے انہا ابا جہل الماورا رسول اللہ ولیکن را محمد ابن عبداللہ یتیم ابی طالب اور دیتے ابو جہل عبداللہ دے پتر ابو طالب دے یتیم محمد کو ڈٹھے محمد رسول اللہ کو نہیں بٹھا اللہ اکبر سمجھ آنے بھی گل نہیں اور دیکھے محمد رسول اللہ کو دیکھا تو سلمان ہو گیا بعد ابو جہل نہ رہا اگو ای آیت پڑھی ہے شیخ ابو الحسن جڑی میں پڑھی آئی ادھے قرآن نے بھی پڑھا اللہ بیا دے وَتَرَاهُمْ يَنْظُرُونَ إِلَيْكَ وَهُمْ لَا يُبْصِرُونَ میرے حبیب دیدا تیرے پاسے لائی بیٹھن تے کو دیکھ دے نہیں بیٹھے تے ایہو اتنی دیر کر سمجھے نہ کرنا ہے کہ بندے کو جو دنیا چ وہ ہے صورتاں جڑیاں بنائے نے ایک حدیث آ گئی چھوٹی جی سامنے سنو جد بس سمٹے نا یہی تو پاک رسول دی حدیث ہے یہ تو پتہ پہ نا میں شیعہ کی تو پڑھنا ہوں شیعہ کو شیعہ کرنا ڈیوٹی ہے میری میں کہیں فرقے کی تو نہ پڑھتا نہ کہیں کو میں نال متفق ہونے دی لوڑ ہے لیکن جڑے شیعہ دے گھر جائے ہو نا تھوڑے کی تو میں دھاگے دا ہزارواں حصہ یہ کا پیچھا ہلن دی گنجائش کوئی نہیں میری آ کے جب ہے حسنین دے نانے فرمائے انہ للہ سوقن فی الجنت یباعو فی حصور فرمائے جنت اچھ اللہ ایک بازار لایا ہوئے اللہ اکبر سار چیسو جڑا اتھائی ہے اے عباس دے علم تے ہاتھ زامن وہ عرش پہ پیچھا چھوڑ رہے سی لیکن وعدہ ان دے نال جڑا اتھاں ہے جڑا اتھاں آ کے نہیں آیا ان دے نال نہ فرمایا اللہ جنت وچ ایک بازار لایا ہوئے ان دے وچ صورتاں وکدن یباؤ فیہ سور ان دے صورتاں وک دین جیڑی کوئی صورت گنے سونا جیڑی مرضی آوے سمجھ جیڑی مرضی آوے بھاوے سونا کوئی یوسف دی صورت منگے فرمائے جلے وک دیا ہی صورت آئے میں نے دیکھی میں نے دیکھی ہے سونا قبر ایک خالی ہاتھ میں نہیں دے کوئی پچھلے دفناون والے ولی وارس کوئی کفن دے پلے پیسے تے نہیں بدھے دے مول کیویں گھنسوں مسکرا کے حسنین دے نے فرمایا تہاڈا سکہ اوتھے چلتا ہی نہیں تے بعد سرکار مول کیویں گھنسوں پر میں بڑا آسان ہے تو میں جڑی صورت جڑے بندے کو پسند آئی تے وہ ہاتھ ودایا
اے اللہ میں کوئی صورت چاہیے اللہ کی قیمت نے مالک کیا دیوا صلی اللہ حبیبی واوری خمس مرات میرے محبوب محمد تے اودی آل تے پنج درود پڑھ صورت تے دی اللہ جنت یوسف دی صورت پسند آ وے پانچ درود پڑھ کے گھن سکسی نا جڑے محمد دی امتی یوسف کو پانچ سلواتی دے بدرے خرید کر گھنے علی دی قیمت کیا ہو سی جب محمد پیا دے یاری لہموں کا لہمی تموں کا دمی وہ کروں اللہ سمجھ آئی ہے نا ہاں تے بس آخری گال مکھیندا پیا بیان چھپیندا پیا آدم دی صورت دا خریدار بنی یوسف دی صورت بے شک مل گھنی خبردار مت جنت جینے چوڑے چکی دی صورت نہ چلی ہوئی جی میں تیرے پیو آدم کو چاہ کے باہر سچاس دے کوئی جنت جینے کر سی حضرت آدم شاہ جی چوکھیا نماز پڑھ کے گیا جنت بنے تھے جنت تو نماز کوئی نہ اتنے عالم ملک چ آمان کوئی نہیں نماز ایک نہیں سی پڑھی گیا جنت بیٹھے یہ کوئی تو میں 16 سال کی عمر کو سمجھاو لگا تو چٹی تھی گئی ہے جو نماز پڑھیا ضرور کر اللہ دا حکم سمجھ کے جنت دا مول سمجھ کے نا جنت دا مول نہیں بابا تاہی تا تیرے میں نے ابے آدم کو اللہ بغیر عمل دے بھیجے کیوں میں رسول کو پوچھا سدا شاہ فرمایا لکھاؤں نے نافی سل بھی اساں جو دی سل بیٹھا سے تا ہی جنت گئے تے بل باہر کیوں نکلے مرڑ گئے حلالی موالی فرمایا آدم دل وچ سوچا تمنا کیتی اس چھڑی تمنا جو میں انہیں جیا ہوا اللہ دے تے کو مٹی چ بنائے انے چوڑے کو اپنے نور کاہر چ بنائے تیری مجال تو اے تمنا کرے نکل باہر اللہ اللہ ہن بھائی جڑے سمجھ کیا آئی جنت ملدی چوڑا دی وجہ تو ہے تے کھسی دی بھی چوڑا دی وجہ
ਤੇ ਜਿਹੜੇ ਇਹੋ ਜਿਹੇ ਹੋਵੇ ਨਾ ਕਾਕਾ ਭਰਾਵਾ, ਉਹਨੇ ਕੋਈ ਛੜਾ ਮੰਨੀਂਦੇ ਸੁਚੀਂਦਾ ਨਹੀਂ। ਜਿਹੜਾ ਇੰਨੇ ਕੋ ਮੰਨੇ ਸਲਮਾਨ ਬਣਵੇਂਦੇ, ਜਿਹੜਾ ਇੰਨੇ ਕੋ ਸੋਚੇ ਸ਼ੈਤਾਨ ਸਜੀਂਦੇ। ਉਹ ਮੈਂ ਦੂਹੇ ਗਿਰੋਹ ਦੱਸ ਦਿੱਤਨ ਜਿਹੜੇ ਪਾਸੇ ਦਿਲ ਕਰੀ ਡੋਲਵਨ ਦਰੋਦ ਬੜ ਗਿਨੋ ਮਿਲ ਕੇ ਬਾਬਾ ਦੇ ਬਲੰਦ। ਕੁਛ ਲੁਤਫ ਆਵੇ ਜਾਂ ਵਕਤ ਦਾ ਚਾਹੇ ਖੁਸ਼ ਰਹੋ ਆਬਾਦ ਰਹੋ। ਮਾਲਾ ਤੁਸੀਂ ਸਾਰਿਆਂ ਦੀ ਇਬਾਦਤ ਕਬੂਲ ਕਰੇ। ਮੈਂ ਜ਼ਿਆਦਾ ਪੜ੍ਹਨੀ ਤੇ ਥੋੜ੍ਹਾ ਜਿਹਾ ਬਿਆ ਪੜ੍ਹਨੇ, ਹੁਣ ਤਾਈਂ ਪੜ੍ਹਿਆ ਤੁਹਾਡੀ ਖਾਤਰ। ਹੁਣ ਦੂ ਜੁਮਲੇ ਆਖਣ ਬੇ ਦੂ ਆਜ਼ਾਦਾਰਿਆਂ ਦੀ ਖਾਤਰ, ਇੱਕ ਤੁਹਾਡੇ ਚ ਬੈਠੇ ਕਿਥਾਂ ਹੀ ਮੈਂ ਜਾ ਤਾਂ ਨਹੀਂ ਦੱਸ ਸਕਦਾ ਜੋ ਕਿੱਥਾਂ ਬੈਠੇ। ਇਹ ਅਲਮਾਂ ਦੀ ਕਸਮ, ਮੇਰੀ ਇਲਮੀ ਤਹਿਕੀਕ ਹੀ ਹੈ ਬਾਬਾ, ਤੇ ਈਮਾਨ ਹੀ ਹੈ ਜੋ ਬੈਠਾ ਜ਼ਰੂਰ ਹੈ। ਨਿਸ਼ਾਨੀ ਦੇ ਸਕਦਾ, ਤੂੰ ਪਾਣੀ ਰੋਂਦੇ ਉਹ ਰੱਤ ਬੈਠਾ ਰੋਂਦੇ। ਮੈਂ ਕੋਈ ਤੁਸਾਂ ਅੱਜ ਕੱਲ੍ਹ ਮੈਂ ਕੋਈ ਮੈਂ ਸੁਣਨ ਲੱਗੇ, ਮੇਰੀ ਦਾੜੀ ਲਾਂਦੀ ਵੱਧੀ ਆਈ ਤੇ ਮੈਂ ਜਾਣ ਵਾਲੇ ਆਵਣ ਲੱਗਾ। ਮੈਂ ਇਹ ਵਾਸਤੇ ਲੰਬੇ ਮਸਾਏ ਪੜ੍ਹਦਾ ਨਹੀਂ ਜੋ ਮੈਂ ਕੋ ਅਦਾਦਾਰ ਦੇ ਦਿਲ ਦੀ ਨਰਮੀ ਕਨੂੰ ਬਹੁ ਡਰ ਲੱਗਦੇ। ਜੁਮਲਾ ਇਹ ਆਦਾ ਵੀ ਆਦਾਦਾਰ ਕੌਣ ਹੈ? ਇਹ ਹੱਥ ਜੋੜੀ ਖੜਾ ਮੇਰੀਆਂ ਮਾਮਾ ਬੇਣੀ ਧੀ ਆਈ ਦੇਖਣ, ਜੇ ਚੋਟ ਲੱਗੇ ਮੈਂ ਮੈਂ ਮਾਫ ਚੱਕਰਾ ਹੈ। ਰੱਤ ਰੋਵਣ ਵਾਲਾ ਤੁਹਾਡੇ ਚ, ਰੱਤ ਹੋਵਣ ਵਾਲੀ ਪਰਦੇ ਚ। ਅੱਲਾਹ ਅਕਬਰ ਜੀ ਬਾਬਾ ਜੀ 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 ਮੈਂ ਕੋਈ ਨਾ ਕੀਤੀ ਹੈ, ਮੈਂ ਕਿਹਾ ਰੱਤ ਰੋਵਣ ਵਾਲਾ ਤੁਹਾਡੇ ਚ ਬੈਠੇ, ਰੱਤ ਹੋਵਣ ਵਾਲੀ ਪਰਦੇ ਚ। ਅੱਲਾਹ ਅਕਬਰ। ਹਾਂ, ਦਰਦ ਦੀ ਹਰ ਕਹਾਣੀ ਕਰੂ ਆਜ਼ਾਦਾਰ ਵਕਤ ਜੀ ਬਾਬਾ। ਅੱਲਾਹ ਅਕਬਰ। ਇਹ ਤਾਂ ਵਜ੍ਹਾ ਹੈ ਨਾ ਬਾਬਾ, ਜਿਹੜਾ ਰੱਤ ਰੋਂਦੇ ਉਹਦੇ ਰੱਤ ਦੀ ਵਜ੍ਹਾ ਹੀ ਉਹ ਆਏ ਜਿਹੜੀ ਰੱਤ ਥਈ ਹੈ। ਅੱਲਾਹ ਅਕਬਰ, ਅੱਲਾਹ ਅਕਬਰ। ਇਹ ਮੈਂ ਅਬਾਸ ਦਾ ਆਲਮ ਹੱਥ ਪਾਈ ਖੜਾ ਤੇਰੀ ਤਸੱਲੀ ਦੀ ਖਾਤਰ। ਅੱਜ ਤਾਈਂ ਉਲਮਾਏ ਮਕਾਤਲ ਫੈਸਲਾ ਨਹੀਂ ਕਰ ਸਕੇ ਜੋ ਅਕਬਰ ਦੇ ਬਾਬੇ ਦੇ ਜ਼ਖਮਾਂ ਦੀ ਤਾਦਾਦ ਕਿਤਨੀ ਆਈ। ਮੁਖਤਲਿਫ ਰਿਵਾਇਤਾਂ ਲਿਖੇ ਨੇ, 3950, 6000, 9000, 12000। ਅਲਾਮਾ ਸ਼ੇਖ ਜਾਫਰ ਸ਼ੋਸਤਰੀ ਤੇ ਅਲਾਮਾ ਅਬਦੁਲ ਨਹਿਰਵੀ ਤਹਿਰਾਨੀ ਇਹਨੂੰ ਆਲਮ ਰੱਬਾਨੀ ਲਿਖਦੇ ਨੇ, ਇਹ ਆਦਿ ਜਿਤਨੇ ਕੁਰਾਨ ਦੇ ਹਰਫ ਉਤਨੇ ਲਹਰਾ ਦੇ ਲਾਲ ਦੇ ਜ਼ਖਮ। ਅੱਲਾਹ ਅਕਬਰ, ਅੱਲਾਹ ਅਕਬਰ। ਮੈਂ ਬਾਬਾ ਛੜੀ ਦੁਆ ਹੀ ਦੇ ਸਕਦਾ ਜੋ ਜਿਹੜੀ ਜਿਹੜੀ ਆਖੀ ਕੰਮ ਚ ਮੌਜੂ ਕਰੇਂਦੀ ਹੈ, ਰੱਬ ਕਰੇ ਕਈ ਕੰਮ ਨਾ ਰੋਵੇ। ਮੈਂ ਅੱਜਾ ਤੇ ਅਲਮ ਰੱਖਿਆ ਨਹੀਂ, ਕਿਉਂ ਨਹੀਂ ਰੱਖਿਆ? ਅਗਲੀ ਗਾਲ ਵਾਸਤੇ। ਹੁਣ ਮੈਂ ਤੈਨੂੰ ਸਾਰਿਆਂ ਰਿਵਾਇਤਾਂ ਦੱਸ ਦਿੱਤੀ, ਜਿਹੜੀ ਚ ਮਨ ਜਿਤਨੇ ਜ਼ਖਮ ਹੀ ਹੈ ਅਕਬਰ ਦੇ ਬਾਬੇ ਦੇ, ਇਹ ਅਲਮਾਂ ਦੀ ਕਸਮ ਹੈ। ਤੁਹਾਡਾ ਰੱਤ ਰੋਵਣ ਵਾਲਾ ਦੇ ਮੇਰੇ ਬਾਬੇ ਕੋਲ ਡੋੜੇ ਜ਼ਖਮ ਮਰੀ ਫੁੱਫੀ ਗੁਆਏ ਹੁਸੈਨ ਕੋ ਹੈਕ ਨੀਹ ਦੇ ਜ਼ਖਮ ਲਹਰਾ ਦੀ ਧੀ ਪੁੱਛਿਆ ਏਠ ਨੀਹ ਦੇ ਲਖ ਅੱਲਾਹ ਅਕਬਰ, ਅੱਲਾਹ ਅਕਬਰ ਜੀ। ਇਹ ਵਜ੍ਹਾ ਹੀ ਸਹੀ ਦਾਦਾ ਖੁਦ ਜਨਾਬੇ ਬਾਕਰ ਪੁੱਛੇ ਬਾਬੇ ਕੋਲੋਂ, ਤੇਰੇ ਪੰਜਵੇਂ ਇਮਾਮ
جو بابا میں تے شام رلے ہم بابا تیری کنڈ تے نہ جتنی جا خالی نہیں جتھا شمر کربلا دی تاریخ نہ لکھی ہوئے ہے میرا بیمار بابا باتی روندا پھپھی دے زخما کوئے پہلے باہے کروں دا بیٹھا اٹھ کے سجاد ماتم کیتے پر میں دن باکر بجرا زخمی میں ہی ڈاٹھا مگر جڈا دا شام وچ ول آئے ہیں میں کانڈ بھار سمپوں دا میری پھپھی ہے کرات نہیں سوتی اللہ جانے بطول دی دھی کو کیڑے کیڑے زخم آئے جی 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 ہاتھ نہیں جوڑے اللہ اکبر بس بھکا بات چھوڑے دا پیا ممبر بی بی ام لقمان جان دے ہو اس شہر کو تیرے مولا مسلم بن عقیل دی سکی بھیڑ ہے بی بی ام لقمان ای پچھا شام دی ملکہ کنو سین تیرے اے داغ دا سمجھ دے چاندن سارے میرے جڑے ہاتھ دے گے نو تاری قوم دا چھوٹا جا وکیلا چل سی بابو خنجر میں گل اللہ معاف کرے سو سین اے داغ سمجھ دے چاندن تیرا اے زخمی سمجھ دے چاندن رو کیا دیا پوچھ دی اے ہاں تیرا چہرہ کیوں زخمی ہے اور اللہ کرے میں پڑھ سکا تے اللہ کرے تو سمجھ نہیں سکے جلہ ہوں میں لکمارا کرے چہرہ زخمی کیوں ہے میں چلا ہو رہے چلی دی دی تلیہ ٹیکی اٹھی ہے پھر میں عمر لقمان پہلے میں کوئی گال دا جواب دے سیڑ کیا ان رومی دے بلا جا رہے لمازہ تتاقین مجھاک عمر لقمان تیکو جو کوئی پتھر مارے چہرہ کی میں بچے سے قالت بل یدین عمر لقمان آدھے میں ہاتھ جا رکھسا زینب رو کے آدھے میں نے ہاتھ بدھے آئے ہم کئی پتھر سجے پاسے آئے کئی کھبے پاسے آئے لہرا دی دی کتھا کتھا چہرہ بچاوے آ اچھا اچھا